ਇਹ ਮਾਸਾਹਾਰੀ ਪੰਛੀ ਆ ਜੀ। ਜਿਹੜਾ ਬਾਜ਼ ਹੈ, ਬਾਜ਼ ਜਿਹੜੀ ਪ੍ਰਜਾਤੀ ਆ ਉਹ ਮਾਸਾਹਾਰੀ ਹੈ। ਜਿੱਦਾਂ ਸ਼ੇਰ ਆ ਉਹਨੇ ਸ਼ਿਕਾਰ ਕਰਕੇ ਖਾਣਾ ਹੁੰਦਾ, ਇੱਦਾਂ ਇਹ ਜਿਹੜਾ ਬਾਜ਼ ਆ ਇਹਨੇ ਵੀ ਸ਼ਿਕਾਰ ਕਰਕੇ ਹੀ ਖਾਣਾ ਹੁੰਦਾ ਹੈ। ਇਹ ਮਰੇ ਹੋਏ ਨਹੀਂ ਖਾਂਦਾ, ਸ਼ਿਕਾਰ ਕਰਕੇ ਹੀ ਤਾਜ਼ਾ ਖਾਂਦਾ ਜਿਹੜਾ। ਉਹਦੇ ਲਈ ਜਾਂਦਾ ਫਿਰ ਇਹ ਡੈਰੀ ਭਰ? ਹਾਂਜੀ, ਇਹਦੇ ਮੂਹਰੇ ਭਾਵੇਂ ਤੁਸੀਂ ਜਿਉਂਦਾ ਛੱਡ ਦਿਓ, ਭਾਵੇਂ ਇਹਨੂੰ ਖੁੱਲ੍ਹਾ ਛੱਡ ਦਿਓ, ਇਹ ਸ਼ਿਕਾਰ ਕਰਕੇ ਆਪਦਾ ਭੋਜਨ ਕਰਦਾ ਹੈ। ਮੇਰੇ ਕੋਲ ਇੱਕ ਸਾਊਦੀ ਅਰਬ ਦੀ ਨਸਲ ਆ ਜੀ ਫੈਲਕੋਨ, ਅਤੇ ਇਹ ਬਲੈਕ ਕਾਈਟ ਆ ਜੀ। ਕਲਗੀਧਰ ਪਾਤਸ਼ਾਹ ਕੋਲ ਜਿਹੜਾ ਬਾਜ਼ ਸੀ ਉਹ ਸ਼ਾਹੀ ਨਸਲ ਸੀ, ਉਸ ਤੋਂ ਬਾਅਦ ਆ ਜਾਂਦਾ ਜੀ ਬਾਦਸ਼ਾਹ ਨਸਲ, ਫਿਰ ਆ ਗਿਆ ਸ਼ਾਹੀਨ। ਬਹੁਤ ਨਸਲਾਂ ਨੇ ਜੀ ਬਾਜ਼, ਇੱਕ ਪ੍ਰਜਾਤੀ ਦਾ ਨਹੀਂ ਬਾਜ਼, ਬਾਜ਼ ਦੀਆਂ ਬਹੁਤ ਪ੍ਰਜਾਤੀਆਂ ਨੇ। ਅਤੇ ਉੱਡਦਾ ਬਾਬਾ ਜੀ ਜਾਂਦਾ ਕਿਤੇ ਕਿਤੇ? ਫਿਰ ਬਾਜ਼ ਉੱਡਦਾ ਵੀ ਹੈ। ਇਸ ਤੋਂ ਪਹਿਲਾਂ ਬਾਬਾ ਜੀ ਕਿਵੇਂ ਕੀ ਕੀਤਾ ਸੀਗਾ ਆਪਣਾ, ਕਿਵੇਂ ਜਾਂ ਬਾਣੇ ਦੇ ਵਿੱਚ ਕਿਸੇ ਦਲ ਦੇ ਨਾਲ ਰਹਿੰਦੇ ਸੀਗੇ ਜਾਂ? ਸ਼੍ਰੀ ਫਤਿਹਗੜ੍ਹ ਸਾਹਿਬ 4 ਸਾਲ ਯੂਨੀਵਰਸਿਟੀ ਡਿਊਟੀ ਕੀਤੀ ਆ ਜੀ, ਉਸ ਤੋਂ ਬਾਅਦ ਮੈਂ ਜੂਸ ਦੀ ਦੁਕਾਨ ਕੀਤੀ, ਉਸ ਤੋਂ ਬਾਅਦ ਹੁਣ ਮੈਂ ਸ਼ਸਤਰਾਂ ਦੀ ਕਿਰਤ ਕਰਦਾ, ਸਰਵਲੋ ਦੇ ਬਰਤਨ ਅਤੇ ਸ਼ਸਤਰਾਂ ਦੀ, ਕਿਉਂਕਿ ਮੇਰੀ ਇਹ ਲਾਈਨ ਪਹਿਲਾਂ ਤੋਂ ਹੀ ਸੀ। ਹੁਣ ਵੀ ਤੁਸੀਂ ਪੂਰੇ ਸ਼ਸਤਰ ਧਾਰਨ ਕੀਤੇ ਨੇ, ਥੋੜ੍ਹਾ ਦੱਸ ਸਕਦੇ ਹੋ ਸੰਗਤ ਨੂੰ ਕਿਹੜੇ ਕਿਹੜੇ ਸ਼ਸਤਰ ਹੈਗੇ? ਹਾਂਜੀ, ਮੈਂ ਸ਼ਸਤਰਾਂ ਬਾਰੇ ਜਾਣਕਾਰੀ ਦਿੰਦਾ, ਇਹ ਟਕਸਾਲੀ ਸ੍ਰੀ ਸਾਹਿਬ ਆ ਗਈ ਜਿੱਦਾਂ ਦੀ ਆਪਣੀ, ਉਸ ਤੋਂ ਬਾਅਦ ਆ ਗਿਆ ਬਾਘ ਸ਼ਸਤਰ ਦੀ, ਹਾਂਜੀ ਇਹ ਆ ਗਿਆ ਕਟਾਰ ਸ਼ਸਤਰ ਦੀ, ਇਹ ਆ ਗਿਆ ਸਰੋਹੀ ਸ਼ਸਤਰ, ਉਸ ਤੋਂ ਬਾਅਦ ਆ ਗਿਆ ਜੀ ਆਹ ਖੰਜਰ ਸ਼ਸਤਰ ਕਹਿ ਦਿੰਦੇ ਇਹਨੂੰ, ਇਹ ਗੁਪਤ ਸ਼ਸਤਰ ਹੁੰਦੇ ਆ, ਇਹ ਕਵ 'ਚ ਵੀ ਕਹਿ ਦਿੰਦੇ ਇਹਨੂੰ। ਇਹ ਗੁਪਤ ਸ਼ਸਤਰ ਹੁੰਦਾ ਵੀ ਦੁਸ਼ਮਣ ਨੂੰ ਨਹੀਂ ਪਤਾ ਵੀ ਸਾਡੇ ਕਮਰ ਕਸੇ 'ਚ ਕੀ ਸ਼ਸਤਰ ਪਏ ਨੇ, ਵੀ ਗੁਪਤ ਰੱਖਿਆ ਜਾਂਦਾ ਇਹਨੂੰ। ਜਦੋਂ ਮੈਂ ਹੁਣ ਘਰ ਜਾਵਾਂ ਕਿਸੇ ਕੰਮ ਕਰਕੇ, ਮੈਨੂੰ ਇਕੱਲੇ ਨੂੰ ਕਈ ਵਾਰੀ ਜਾਣਾ ਪੈਂਦਾ ਬਾਹਰ, ਅਤੇ ਜਦੋਂ ਮੈਂ ਘਰ ਆਉਂਦਾ ਇਹ ਮੈਨੂੰ ਫਿਰ ਆਵਾਜ਼ਾਂ ਮਾਰ ਕੇ ਬੁਲਾਉਂਦਾ ਆਪਣੇ ਕੋਲ। ਨਗਰ ਕੀਰਤਨ ਦੇ ਵਿੱਚ ਜਿੱਦਾਂ ਹੁਣ ਮੈਂ ਇੱਕ ਹੋਰ ਉਦਾਹਰਨ ਦਿੰਦਾ, ਇਹਨੂੰ ਪੈਸੇ ਦੇਈਏ ਨਾ, ਜਿੱਦਾਂ ਆਪਾਂ ਪੈਸੇ ਵੀ ਇਹਨੂੰ ਦੇਈਏ ਆਪਾਂ, ਅਤੇ ਇਹ ਪੈਸੇ ਮੈਨੂੰ ਫੜਾ ਦਿੰਦਾ ਜੀ। ਮੈਂ ਇੱਕ ਉਦਾਹਰਨ ਤੁਹਾਨੂੰ ਦੇ ਕੇ ਦਿੰਦਾ, ਪੈਸੇ ਕੱਟਿਓ ਜੀ, ਵੀ ਇਹਨੂੰ ਪੈਸੇ ਦੇਈਏ ਨਾ, ਪੈਸੇ ਫੜਾ ਕੇ ਇਹਨੂੰ ਹੱਥ ਨੀਚੇ ਕਰ ਲਈਏ, ਅਤੇ ਇਹ ਫੜ ਕੇ ਪੈਸੇ ਆ ਫੜਾ ਦਿੰਦਾ ਇੱਦਾਂ। ਸਤਿ ਸ਼੍ਰੀ ਅਕਾਲ, ਹਮਦਰਦ ਟੀ ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਸੁਖਵਿੰਦਰ ਸਿੰਘ। ਹਰ ਇਨਸਾਨ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਸ਼ੌਂਕ ਰੱਖਦਾ ਹੈ, ਉਸ ਸ਼ੌਂਕ ਨੂੰ ਪਗਾਉਂਦਾ ਵੀ ਹੈ, ਪਰ ਅੱਜ ਜਿਸ ਨਿਹੰਗ ਸਿੰਘ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ, ਉਸਦਾ ਸ਼ੌਂਕ ਕੋਈ ਆਮ ਸ਼ੌਂਕ ਨਹੀਂ ਹੈ, ਉਸਨੂੰ ਸ਼ੌਂਕ ਹੈ ਚੰਗੇ ਤੋਂ ਚੰਗਾ ਸ਼ਸਤਰ ਕੋਲ ਰੱਖਣਾ ਔਰ ਚੰਗੇ ਤੋਂ ਚੰਗਾ ਬਾਜ਼ ਕੋਲ ਰੱਖਣਾ। ਸਾਡੇ ਨਾਲ ਸਿੰਘ ਸਾਹਿਬ ਨੇ ਸਭ ਤੋਂ ਪਹਿਲਾਂ ਫਤਿਹ ਸਾਂਝ ਪਾਉਂਦੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਜੀ, ਹਰ ਇਨਸਾਨ ਸ਼ੌਂਕ ਰੱਖਦਾ ਹੈ, ਤੁਸੀਂ ਬਾਜ਼ ਰੱਖਣ ਦਾ ਸ਼ੌਂਕ ਪਾਲਿਆ, ਕਿਵੇਂ ਸ਼ੌਂਕ ਪਿਆ? ਦੇਖੋ ਗੁਰੂ ਪਿਆਰਿਓ, ਜਿਹੜਾ ਬਾਜ਼ ਹੈ ਕਲਗੀਧਰ ਪਾਤਸ਼ਾਹ ਜੀ ਦੀ ਨਿਸ਼ਾਨੀ ਸਮਝ ਕੇ ਰੱਖਿਆ, ਕਿਉਂਕਿ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਜਿੱਥੇ ਜੰਗੀ ਸਰੂਪ ਬਖਸ਼ਿਆ, ਬਾਣੀ ਬਾਣਾ ਬਖਸ਼ਿਆ, ਹਾਥੀ ਘੋੜੇ ਬਖਸ਼ੇ ਨੇ, ਉੱਥੇ ਬਾਜ਼ ਵੀ ਸਾਨੂੰ ਬਖਸ਼ਿਆ, ਅਤੇ ਮੇਰੀ ਵੀ ਮਨ ਦੀ ਬੜੀ ਤਮੰਨਾ ਸੀ ਕਿ ਮੈਂ ਵੀ ਜਿਹੜਾ ਗੁਰੂ ਸਾਹਿਬ ਦੀ ਬਖਸ਼ੀ ਹੋਈ ਨਿਸ਼ਾਨੀ ਸ਼ਸਤਰ ਤਾਂ ਮੇਰੇ ਕੋਲ ਪਹਿਲਾਂ ਹੈ ਸੀ, ਅਤੇ ਹੁਣ ਮੇਰਾ ਸ਼ੌਂਕ ਸੀ ਬਾਜ਼ ਰੱਖਣ ਦਾ, ਅਤੇ ਬਾਜ਼ ਮੈਂ ਰੱਖਿਆ ਹੋਇਆ ਦੋ ਘਰੇ ਨੇ, ਅਤੇ ਇੱਕ ਮੇਰੇ ਕੋਲ ਆ ਜੀ। ਹਾਂਜੀ, ਬਾਜ਼ ਦੀਆਂ ਬੇਅੰਤੇ ਜਿਹੜੀਆਂ ਕਿਸਮਾਂ ਹੁੰਦੀਆਂ ਨੇ। ਹਾਂਜੀ, ਬਾਜ਼ ਇੱਕ ਕਿਸਮ ਦਾ ਨਹੀਂ, ਬਹੁਤ ਕਿਸਮਾਂ ਦੇ ਬਾਜ਼ ਹੁੰਦੇ ਆ। ਤੁਹਾਡੇ ਕੋਲ ਬਾਬਾ ਜੀ ਕਿਹੜੀ ਕਿਹੜੀ ਕਿਸਮ? ਮੇਰੇ ਕੋਲ ਇੱਕ ਸਾਊਦੀ ਅਰਬ ਦੀ ਨਸਲ ਆ ਜੀ ਫੈਲਕੋਨ, ਅਤੇ ਇਹ ਬਲੈਕ ਕਾਈਟ ਆ ਜੀ। ਹਾਂਜੀ, ਬਾਕੀ ਕਲਗੀਧਰ ਪਾਤਸ਼ਾਹ ਕੋਲ ਜਿਹੜਾ ਬਾਜ਼ ਸੀ ਉਹ ਸ਼ਾਹੀ ਨਸਲ ਸੀ, ਉਸ ਤੋਂ ਬਾਅਦ ਆ ਜਾਂਦਾ ਜੀ ਬਾਦਸ਼ਾਹ ਨਸਲ, ਫਿਰ ਆ ਗਿਆ ਸ਼ਾਹੀਨ। ਬਹੁਤ ਨਸਲਾਂ ਨੇ ਜੀ ਬਾਜ਼, ਇੱਕ ਪ੍ਰਜਾਤੀ ਦਾ ਨਹੀਂ ਬਾਜ਼, ਬਾਜ਼ ਦੀਆਂ ਬਹੁਤ ਪ੍ਰਜਾਤੀਆਂ ਨੇ। ਮੈਂ ਦੇਖ ਰਿਹਾ ਬੜੇ ਪਿਆਰ ਦੇ ਨਾਲ ਤੁਹਾਡੇ ਨਾਲ ਇਹ ਬਾਜ਼ ਰਹਿੰਦਾ ਹੈ, ਹੱਥ 'ਤੇ ਕਦੀ ਜਿੱਦਾਂ ਤੁਸੀਂ ਇਸ਼ਾਰਾ ਕਰਦੇ ਹੋ ਉਸੇ ਤਰੀਕੇ ਦੇ ਨਾਲ ਇਹਦੀ ਮੂਵਮੈਂਟ ਅਗਲੀ ਹੋ ਜਾਂਦੀ ਹੈ, ਹੈ ਨਾ? ਕਿਵੇਂ ਟ੍ਰੇਨ ਕੀਤਾ, ਕਿੰਨੀ ਦੇਰ ਇਹਦੀ ਉਮਰ ਹੈ, ਕਿੰਨੀ ਦੇਰ ਤੋਂ ਤੁਹਾਡੇ ਕੋਲ? ਇਹ ਜੀ 14 ਦਸੰਬਰ 2021 ਨੂੰ ਇਹਨੂੰ ਮੈਂ ਲੈ ਕੇ ਆਇਆ ਸੀ ਲੁਧਿਆਣੇ ਤੋਂ, ਕਿਸੇ ਫੈਮਿਲੀ ਦੇ ਕੋਲ ਸੀ ਰੱਖਿਆ ਹੋਇਆ, ਉਹਨਾਂ ਨੇ ਕਿਸੇ ਮਜਬੂਰੀ ਕਰਕੇ ਉਹਨਾਂ ਨੂੰ ਮੈਨੂੰ ਦੇਣਾ ਪਿਆ, ਅਤੇ ਮੈਂ ਪੈਸੇ ਦਰਸ਼ਨੀ ਦੀ ਭੇਟਾ ਦੇ ਕੇ ਉੱਥੋਂ ਇਹਨੂੰ ਲੈ ਕੇ ਆਇਆ। ਥੋੜ੍ਹਾ ਜਿਹਾ ਟ੍ਰੇਨਡ ਉਹਨਾਂ ਨੇ ਕੀਤਾ ਹੋਇਆ ਸੀ, ਬਾਕੀ ਜਿਹੜਾ ਟ੍ਰੇਨਡ ਉਹ ਮੈਂ ਕੀਤਾ ਇਹਨੂੰ। ਹੁਣ ਮੈਂ ਸੰਗਤੀ ਰੂਪ ਦੇ ਵਿੱਚ ਇਹਨੂੰ ਜਿੰਨਾ ਮਰਜ਼ੀ ਘੁਮਾਵਾਂ, ਇਹ ਕਿਸੇ ਦਾ ਨੁਕਸਾਨ ਨਹੀਂ ਕਰੇਗਾ। ਹਾਂਜੀ, ਵੀ ਇੰਨਾ ਕੁ ਟ੍ਰੇਨਡ ਹੋ ਗਿਆ, ਕਿਸੇ ਦਾ ਨੁਕਸਾਨ ਨਹੀਂ ਕਰਦਾ ਇਹ। ਹਾਂਜੀ, ਉੱਡਦਾ ਬਾਬਾ ਜੀ ਜਾਂਦਾ ਕਿਤੇ ਕਿਤੇ? ਫਿਰ ਬਾਜ਼ ਉੱਡਦਾ ਵੀ ਹੈ, ਅਤੇ ਹੁਣ ਫਿਲਹਾਲ ਇਸ ਨੂੰ ਲਗਾਮ ਲਗਾਈ ਹੋਈ ਹੈ। ਹਾਂ, ਉੱਡਦਾ ਉੱਡਦਾ।
चलो पिंजरे दे विच तां बड़ियां चीजां देख लैने आ, चिड़ियां रोग अजकल रख लैने, तोते रखदे ने, ਤੁਸੀਂ ਜਦੋਂ ਲੈ ਕੇ ਆਏ ਘਰਦਿਆਂ ਦਾ ਕੀ ਰਿਐਕਸ਼ਨ ਸੀਗਾ? ਘਰਦਿਆਂ ਦਾ ਵੀ ਕਿਉਂਕਿ ਉਹ ਵੀ ਅੰਮ੍ਰਿਤਧਾਰੀ ਨੇ, ਉਹ ਗੁਰਮਤ ਨੂੰ ਸਮਰਪਿਤ ਨੇ ਉਹ ਵੀ, ਅਤੇ ਉਹਨਾਂ ਦਾ ਵੀ ਇਹੀ ਸੀ ਵੀ ਵਧੀਆ ਕੀਤਾ ਤੁਸੀਂ ਜੋ ਵੀ ਲੈ ਕੇ ਆਏ ਆ, ਉਹਨਾਂ ਨੇ ਕੋਈ ਮਨਾ ਨਹੀਂ ਕੀਤਾ ਵੀ ਕਿਉਂ ਲੈ ਕੇ ਆਏ ਆ, ਕੁਐਸਚਨ ਨਹੀਂ ਕੀਤਾ, ਉਹਨਾਂ ਨੇ ਕਿਹਾ ਵੀ ਵਧੀਆ ਕੀਤਾ, ਗੁਰੂ ਸਾਹਿਬ ਦੀ ਨਿਸ਼ਾਨੀ ਜਿਹੜੀ ਰੱਖੀ ਘਰੇ। ਅੱਛਾ ਖਾਲਸਾ ਜੀ, ਤੁਹਾਡੇ ਨਾਲ ਜ਼ਿਆਦਾ ਲਗਾਵ ਹੈ ਘਰ ਦੇ ਵਿੱਚੋਂ, ਤੁਹਾਡੇ ਕੋਲ ਹੀ ਜ਼ਿਆਦਾ ਰਹਿੰਦੇ ਨੇ ਜਾਂ ਜਦੋਂ ਪਰਿਵਾਰ ਦੇ ਜਦੋਂ ਤੁਸੀਂ ਅੰਦਰ ਕਿਤੇ ਬਾਹਰ ਜਾਂਦੇ ਹੋ ਤਾਂ ਫਿਰ ਕਿਵੇਂ ਰਹਿੰਦੇ ਨੇ? ਬਾਜ ਦੇਖੋ ਜੀ, ਇਹ ਘਰ ਦੋ ਬਾਜ ਮੇਰੇ ਕੋਲ ਹੋਰ ਨੇ, ਅਤੇ ਇਹ ਘਰ ਦੇ ਵਿੱਚ ਖੁੱਲ੍ਹਾ ਹੀ ਰਹਿੰਦਾ ਹੈ, ਘਰ ਦਰਖਤ ਨੇ ਮੇਰੇ ਕੋਲ ਘਰ, ਅਤੇ ਇੱਕ ਵੱਡਾ ਇਹਨਾਂ ਨੂੰ ਕਮਰਾ ਦਿੱਤਾ ਹੋਇਆ, ਖੁੱਲ੍ਹੇ ਉੱਥੇ ਰਹਿੰਦੇ ਨੇ ਇਹ। ਹਾਂ, ਬੇਟੀ ਵੀ ਮੇਰੀ ਇਹਨੂੰ ਸਾਂਭ ਸੰਭਾਲ ਕਰਨ ਦੀ, ਛੋਟੀ ਹਾਲੇ 3 ਸਾਲ ਦੀ ਆ, ਅਤੇ ਅੱਗੇ ਘਰਦੇ ਨੇ ਮੇਰੇ ਵਾਈਫ ਨੇ, ਉਹ ਵੀ ਸੰਭਾਲ ਕਰ ਲੈਂਦੇ ਨੇ। ਅੱਛਾ, ਉਹਨਾਂ ਦੇ ਹੱਥੋਂ ਵੀ ਖਾ ਹਾਂਜੀ ਖਾ ਲੈਂਦਾ ਜੀ। ਹਾਂਜੀ, ਖੁਰਾਕ ਕੀ ਹੁੰਦੀ ਆ? ਇਹ ਮਾਸਾਹਾਰੀ ਪੰਛੀ ਆ ਜੀ, ਜਿਹੜਾ ਬਾਜ ਆ, ਬਾਜ ਜਿਹੜੀ ਪ੍ਰਜਾਤੀ ਆ ਉਹ ਮਾਸਾਹਾਰੀ ਆ, ਜਿੱਦਾਂ ਸ਼ੇਰ ਆ ਉਹਨੇ ਸ਼ਿਕਾਰ ਕਰਕੇ ਖਾਣਾ ਹੁੰਦਾ, ਇੱਦਾਂ ਹੀ ਇਹ ਜਿਹੜਾ ਬਾਜ ਆ ਇਹਨੇ ਵੀ ਸ਼ਿਕਾਰ ਕਰਕੇ ਹੀ ਖਾਣਾ ਹੁੰਦਾ ਹੈ, ਇਹ ਮਰੇ ਹੋਏ ਨਹੀਂ ਖਾਂਦਾ, ਸ਼ਿਕਾਰ ਕਰਕੇ ਹੀ ਤਾਜ਼ਾ ਖਾਂਦਾ ਜਿਹੜਾ। ਹਾਂਜੀ, ਉਹਦੇ ਲਈ ਜਾਂਦਾ ਫਿਰ ਇਹ ਡੈਰੀ ਭਰਦਾ? ਹਾਂਜੀ, ਇਹਦੇ ਮੂਹਰੇ ਭਾਵੇਂ ਤੁਸੀਂ ਜਿਉਂਦਾ ਛੱਡ ਦਿਓ, ਭਾਵੇਂ ਇਹਨੂੰ ਖੁੱਲ੍ਹਾ ਛੱਡ ਦਿਓ, ਇਹ ਸ਼ਿਕਾਰ ਕਰਕੇ ਆਪਦਾ ਭੋਜਨ ਕਰਦਾ ਹੈ। ਹਾਂਜੀ, ਫਿਰ ਸਾਂਭ ਸੰਭਾਲ ਤਾਂ ਬਹੁਤ ਕਰਨੀ ਪੈਂਦੀ ਹੋਊਗੀ? ਸਾਂਭ ਸੰਭਾਲ ਹਾਂਜੀ ਕਰਦੇ ਪਏ ਆ ਜੀ। ਹਾਂਜੀ, ਆਪਾਂ ਦੇਖਦੇ ਹਾਂ ਤੁਹਾਡੀਆਂ ਵੀਡੀਓਜ਼ ਵੀ ਦੇਖਦੇ ਸੀਗੇ, ਇਸ ਤੋਂ ਪਹਿਲਾਂ ਬਾਬਾ ਜੀ ਕਿਵੇਂ ਕੀ ਕੀਤਾ ਸੀਗਾ ਆਪਣਾ, ਕਿਵੇਂ ਜਾਂ ਬਾਣੇ ਦੇ ਵਿੱਚ ਕਿਸੇ ਦਲ ਦੇ ਨਾਲ ਰਹਿੰਦੇ ਸੀਗੇ ਜਾਂ ਕਿਵੇਂ ਕੀ ਕੀਤਾ, ਕੀ ਕਰਦੇ? ਮੈਂ ਜੀ ਪਹਿਲਾਂ ਪਲੱਸ ਟੂ ਤੱਕ ਪੜ੍ਹਾਈ ਕੀਤੀ ਆ, ਪਲੱਸ ਟੂ ਦਾ ਪੜ੍ਹਾਈ ਤੋਂ ਬਾਅਦ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਯੂਨੀਵਰਸਿਟੀ ਸ਼੍ਰੀ ਫਤਿਹਗੜ੍ਹ ਸਾਹਿਬ 4 ਸਾਲ ਯੂਨੀਵਰਸਿਟੀ ਡਿਊਟੀ ਕੀਤੀ ਆ ਜੀ। ਉਸ ਤੋਂ ਬਾਅਦ ਮੈਂ ਜੂਸ ਦੀ ਦੁਕਾਨ ਕੀਤੀ, ਉਸ ਤੋਂ ਬਾਅਦ ਹੁਣ ਮੈਂ ਸ਼ਸਤਰਾਂ ਦੀ ਕਿਰਤ ਕਰਦਾ, ਸਰਬਲੋ ਦੇ ਬਰਤਨ ਅਤੇ ਸ਼ਸਤਰਾਂ ਦੀ, ਕਿਉਂਕਿ ਮੇਰੀ ਇਹ ਲਾਈਨ ਪਹਿਲਾਂ ਤੋਂ ਹੀ ਸੀ, ਕਿਉਂਕਿ ਹੁਣ ਜਦੋਂ ਮੈਂ ਸ਼ਸਤਰ ਪਾ ਕੇ ਸੰਗਤੀ ਰੂਪ ਦੇ ਵਿੱਚ ਵਿਚਰਦਾ ਅਤੇ ਕਈ ਨੌਜਵਾਨ ਵੀਰ ਮੈਨੂੰ ਆ ਕੇ ਫਤਿਹ ਦੀ ਸਾਂਝ ਕਰਦੇ ਆ, ਸ਼ਸਤਰਾਂ ਬਾਰੇ ਜਾਣਕਾਰੀ ਲੈਂਦੇ ਆ, ਕਿੱਥੋਂ ਲਿਆ, ਕਿੱਦਾਂ ਲਿਆ, ਉਹ ਫਿਰ ਮੈਂ ਇਹਨੂੰ ਮਨ ਦੇ ਵਿੱਚ ਮੇਰੇ ਫੁਰਨਾ ਆ ਕਿਉਂ ਨਾ ਇਸ ਨੂੰ ਕਿਰਤ ਵੀ ਬਣਾਇਆ ਜਾਵੇ। ਪਹਿਲਾਂ ਸ਼ਸਤਰਾਂ ਬਾਰੇ ਜਾਣਕਾਰੀ ਦੇਈ ਦੀ ਆ, ਜੇ ਕਿਸੇ ਨੂੰ ਸ਼ਸਤਰ ਪਸੰਦ ਆਉਂਦਾ ਉਹਦੀ ਕਾਪੀ ਦੀ ਦਾ ਤਿਆਰ ਕਰਕੇ ਅੱਗੇ ਸੰਗਾਂ ਨੂੰ ਦਈਦਾ ਜੀ। ਹੁਣ ਵੀ ਤੁਸੀਂ ਪੂਰੇ ਸ਼ਸਤਰ ਧਾਰਨ ਕੀਤੇ ਨੇ, ਥੋੜ੍ਹਾ ਦੱਸ ਸਕਦੇ ਹੋ ਸੰਗਤ ਨੂੰ ਕਿਹੜੇ ਕਿਹੜੇ ਸ਼ਸਤਰ ਹੈਗੇ ਨੇ? ਹਾਂਜੀ, ਮੈਂ ਸ਼ਸਤਰਾਂ ਬਾਰੇ ਜਾਣਕਾਰੀ ਦਿੰਦਾ, ਇਹ ਟਕਸਾਲੀ ਸ੍ਰੀ ਸਾਹਿਬ ਆ ਗਈ ਜਿੱਦਾਂ ਦੀ ਆਪਣੀ ਜੀ, ਉਸ ਤੋਂ ਬਾਅਦ ਆ ਗਿਆ ਬਾਘ ਸ਼ਸਤਰ ਦੀ। ਅੱਛਾ ਜੀ। ਹਾਂਜੀ, ਇਹ ਆ ਗਿਆ ਕਟਾਰ ਸ਼ਸਤਰ ਦੀ। ਅੱਛਾ ਜੀ। ਇਹ ਆ ਗਿਆ ਸਰੋਹੀ ਸ਼ਸਤਰ ਜੀ। ਉਸ ਤੋਂ ਬਾਅਦ ਆ ਗਿਆ ਜੀ ਆਹ ਖੰਜਰ ਸ਼ਸਤਰ ਕਹਿ ਦਿੰਦੇ ਇਹਨੂੰ, ਇਹ ਗੁਪਤ ਸ਼ਸਤਰ ਹੁੰਦੇ ਆ, ਪੇਚਕਪ 'ਚ ਵੀ ਕਹਿ ਦਿੰਦੇ ਇਹਨੂੰ। ਇਹ ਗੁਪਤ ਸ਼ਸਤਰ ਹੁੰਦਾ ਵੀ ਦੁਸ਼ਮਣ ਨੂੰ ਨਹੀਂ ਪਤਾ ਵੀ ਸਾਡੇ ਕਮਰ ਕਸੇ 'ਚ ਕੀ ਸ਼ਸਤਰ ਪਏ ਨੇ, ਵੀ ਗੁਪਤ ਰੱਖਿਆ ਜਾਂਦਾ ਇਹਨੂੰ। ਹਾਂਜੀ, ਜਿਵੇਂ ਬਾਬਾ ਜੀ ਦੋਨੋਂ ਸ਼ੌਂਕ ਹੈਗੇ ਨੇ ਤਾਂ ਜਿਹੜੇ ਦੂਸਰੀਆਂ ਨਸਲਾਂ ਦੇ ਇਹਦੇ ਵਿੱਚ ਤਾਂ ਨਸਲਾਂ ਦੇ ਹੈਗੇ ਨੇ ਬਾਜ, ਹੈ ਨਾ, ਇਹਨਾਂ 'ਚ ਫਰਕ ਕੀ ਹੈਗਾ? ਨਸਲਾਂ ਜਿੱਦਾਂ ਜੀ ਹੁਣ ਫੈਲਕੋਨ ਆ ਜਿਹੜਾ ਮੇਰੇ ਕੋਲ ਘਰ ਆ ਇਸ ਟਾਈਮ, ਉਹ ਸਾਊਦੀ ਅਰਬ ਦੀ ਨਸਲ ਹੈ, ਉਹਦਾ ਖਾਣ ਪੀਣ ਦਾ ਜਿਹੜਾ ਤਰੀਕਾ ਉਹ ਵੀ ਅਲੱਗ ਹੈ, ਲੈਟਰਿੰਗ ਕਰਨ ਦਾ ਤਰੀਕਾ ਵੀ ਅਲੱਗ ਹੈ, ਬੈਠਣ ਦਾ ਵੀ ਤਰੀਕਾ ਅਲੱਗ ਹੈ। ਹਾਂਜੀ, ਜਿੱਦਾਂ ਬਾਜ ਦੀ ਪ੍ਰਜਾਤੀ ਆ ਉੱਦਾਂ ਹੀ ਉਹਨਾਂ ਦਾ ਖਾਣਾ ਪੀਣਾ ਹੈ, ਉੱਦਾਂ ਹੀ ਉਹਨਾਂ ਦਾ ਰਹਿਣ ਸਹਿਣ ਦਾ ਤਰੀਕਾ ਅਲੱਗ ਅਲੱਗ ਹੈ। ਹਾਂਜੀ, ਤੁਸੀਂ ਬਾਬਾ ਜਦੋਂ ਜਾਂਦੇ ਹੋ ਘਰੇ ਛੱਡ ਜਾਂਦੇ ਹੋ ਫਿਰ ਤੁਹਾਨੂੰ ਲੱਭਦਾ ਤਾਂ ਹੋਊਗਾ ਇਹ, ਫਿਰ ਬਾਜ ਤਿੰਨੋਂ ਹੀ ਲੱਭਦੇ ਹੋਣਗੇ, ਜਿਹੜਾ ਅਸਲੀ ਮਾਲਕ ਜਿਹਨੇ ਸਾਂਭੇ ਹੋਣ, ਜਿਹਨੇ ਲਿਆਂਦੇ ਹੋਣ, ਜਿਹਨੇ ਪਾਲੇ ਹੋਣ, ਫਿਰ ਉਹਨੂੰ ਤਾਂ ਪਛਾਣ ਹੋ ਜਾਂਦੀ ਹੈ ਪਛਾਣ। ਹਾਂਜੀ, ਬਾਜ ਲੱਭਦਾ ਹੈ ਜਦੋਂ ਮੈਂ ਹੁਣ ਘਰ ਜਾਵਾਂ, ਕਿਸੇ ਕੰਮ ਕਰਕੇ ਮੈਨੂੰ ਇਕੱਲੇ ਨੂੰ ਕਈ ਵਾਰੀ ਜਾਣਾ ਪੈਂਦਾ ਬਾਹਰ, ਅਤੇ ਜਦੋਂ ਮੈਂ ਘਰ ਆਉਂਦਾ ਇਹ ਮੈਨੂੰ ਫਿਰ ਆਵਾਜ਼ਾਂ ਮਾਰ ਕੇ ਬੁਲਾਉਂਦਾ ਆਪਣੇ ਕੋਲ। ਅੱਛਾ ਜੀ। ਹਾਂਜੀ, ਤੁਸੀਂ ਜਦੋਂ ਆਵਾਜ਼ ਦਿਓਗੇ ਸਮਝ ਜਾਂਦਾ? ਹਾਂਜੀ, ਇਹ ਸਮਝਦਾ ਜੀ। ਥੋੜ੍ਹਾ ਦੱਸ ਸਕਦੇ ਹੋ ਕਿਸ ਤਰੀਕੇ ਦੀ ਟ੍ਰੇਨਿੰਗ ਤੁਸੀਂ ਇਹਨੂੰ ਦਿੱਤੀ ਹੈਗੀ ਹੈ, ਜੇ ਕੁਛ ਦਿਖਾ ਸਕਦੇ ਹੋ? ਦੇਖੋ ਜਿੱਦਾਂ ਹੁਣ ਆ ਗਿਆ, ਇਹਦੇ ਮੂਹਰੇ ਹੱਥ ਕਰੀ ਜਾਓ, ਇਹਨੇ ਉੱਤੇ ਕਰੀ ਜਾਣਾ, ਹੁਣ ਇੱਧਰ ਜਾਊਂਗੇ ਇਹਨੇ ਇੱਧਰ ਚੜ੍ਹ ਜਾਣਾ। ਅੱਛਾ ਜੀ, ਠੀਕ ਹੈ। ਮਤਲਬ ਆਪਣੇ ਆਪ ਨੂੰ ਸੇਫ ਵੀ ਰੱਖਦਾ ਹੈ? ਹਾਂ, ਸੇਫ ਵੀ ਰੱਖਦਾ। ਦੂਸਰਾ ਫੁੱਲਾਂ ਵਾਲਾ ਵੀ ਆਪਾਂ ਦੇਖ ਰਹੇ ਸੀਗੇ ਵੀ ਫੁੱਲ ਉਹ ਵੀ ਆਪ ਹੀ ਟ੍ਰੇਨ ਨੂੰ ਨਗਰ ਕੀਰਤਨ ਵਿੱਚ, ਜਿੱਦਾਂ ਹੁਣ ਮੈਂ ਇੱਕ ਹੋਰ ਉਦਾਹਰਣ ਦਿੰਦਾ, ਇਹਨੂੰ ਪੈਸੇ ਦਈਏ ਨਾ, ਜਿੱਦਾਂ ਆਪਾਂ ਹਾਂਜੀ ਪੈਸੇ ਵੀ ਇਹਨੂੰ ਦਈਏ ਆਪਾਂ, ਅਤੇ ਇਹ ਪੈਸੇ ਮੈਨੂੰ ਫੜਾ ਦਿੰਦਾ ਜੀ। ਅੱਛਾ, ਮੈਂ ਇੱਕ ਉਦਾਹਰਨ ਤੁਹਾਨੂੰ ਦੇ ਕੇ ਦਿੰਦਾ, ਪੈਸੇ ਕੱਟਿਓ ਜੀ। ਅੱਛਾ ਜੀ, ਵੀ ਇਹਨੂੰ ਪੈਸੇ ਦਈਏ ਨਾ, ਪੈਸੇ ਫੜਾ ਕੇ ਇਹਨੂੰ ਹੱਥ ਨੀਚੇ ਕਰ ਲਈਏ, ਅਤੇ ਇਹ ਫੜ ਕੇ ਪੈਸੇ ਆਹ ਫੜਾ ਦਿੰਦਾ। ਇੱਦਾਂ ਤੁਹਾਨੂੰ ਤੁਹਾਡੇ ਨਾਲ ਇਹਦੀ ਜ਼ਿਆਦਾ ਹੋ ਗਈ, ਇੱਦਾਂ ਪੈਸੇ ਫੜ ਕੇ ਨਾਲ ਦੀ ਨਾਲ ਮੈਨੂੰ ਫੜਾ ਦਿੰਦਾ। ਜਿਹੜੀ ਸਾਊਦੀ ਅਰਬ ਵਾਲੀ ਨਸਲ ਹੈ ਬਾਬਾ ਜੀ, ਉਹ ਕਿਵੇਂ ਲਿਆਂਦੀ ਸੀ ਇੰਡੀਆ, ਕਿਵੇਂ ਤੁਸੀਂ ਉਹਨੂੰ? ਦਿੱਲੀ ਤੋਂ ਪ੍ਰੋਵਾਈਡ ਕਰਵਾਇਆ ਜੀ। ਅੱਛਾ ਜੀ। ਹਾਂਜੀ, ਉਹ ਦਿੱਲੀ ਤੋਂ ਪ੍ਰੋਵਾਈਡ ਕਰਵਾਇਆ ਹੈ, ਉਹ ਕੋਈ ਸਿੰਘ ਸੀ ਉਹਨਾਂ ਤੋਂ ਮੰਗਵਾਇਆ।
हाँ जी लोग देखते हैं जो तुम खड़ के जाने हो कई बार नगर कीर्तन के जाने हो जा किसी समागमों के उ जो नगर कीर्तन च मैं बाज लैके जाता ज जा दुनिया के विचरी है ना संगती रूप तो फोटो की लाइन लगी रही है जी बड़िया जड़िया साढ़े भरा ने भैन ने फोटो खिचाते हैं बाज के न क्योंकि बाज कुछ क्योंकि हाथी घोड़े रखते ने निहंग सिंह बाज बहुत घट्ट होंगे रखते ने बाज भी पर बहुत घट्ट रखते ने इस करके उन्होंने कुछ अलग देखने मिलता तो इस करके फोटो खिचाते हैं बहुत खिचाते हैं जो एक गल होर बड़ी टैक्नीकल जी मैं पूछना चाहूँगा जो आप कहते पक्षी रखते हैं या कोई जानकर अपने कोल रखते हैं पालतू तो वो फॉर्मैलिटीज़ भी होंगे कागजी पत्री जो कभी विभाग किसी मुलाजमान के सामना होया अफसर पूछा किसी जो की कागज़ पत्र कोई तैयार कर मैं 2021 तो जो बाज रखा हुआ अज तक मैं किसी प्रशासन ने इदा नहीं कहा भी क्यों रखा क्योंकि उन्होंने पता कि निहंग सिंह ने रख सकते हैं क्योंकि गुरु साहब की निशानी समझ के असी रखे कोई होर साडा कोई मकसद नहीं बाज रखण दा गुरु साहब की निशानी समझ के इन्हों रख्या होया हाँ उदा एक फॉर्मेलिटी जी पूरी करन दे लई सर्टिफिकेट भी जिहड़ा मैं बनवाया पिया भी कोई मैनू कह नहीं सकता भी क्यों रखिया सर्टिफिकेट मेरे को है बाज रखण दा हाँ जी अच्छा बाबा रुजगार भी चलता है जो तुम हम जिमें जाने समागमों के शस्त्रां का करते हो किरत तो परिवार का गुजारा किवें चलता हाँ जी मैं ना जिदा धार्मिक समागम होंगे आ उत्थे जाके मैं आपदी शस्त्रां की किरत करता दुकान लाता जाके उस शस्त्रां की जानकारी दिंदा पहला स्टेज के उपर जो कोई मैं स्पैशल तौर पर इनवाइट करता पहला शस्त्रां बारे मैं जानकारी दिंदा फिर उस तो बाद मैं आपका जिहड़ा बाकी समा वो मैं किरत करता जी फिर वो अपने जिहड़े शस्त्रां दी दर्शनी भेट लैके वो जी मेरी रोजी रोटी है जी उस नाल मेरा गुजारा होंदा परिवार दे विच बाबा जी कौन कौन है बेटी भी हैगी है पत्नी होर हाँ जी मेरे घर दे विच जी मेरे माता जी ने मेरे मामा जी ने ते मेरे सिंगणी ने ते दो मेरिया भचंगणा ने जंग फतेह कौर ते गुरशान कौर नाम बड़े सोहने रखे हाँ जी नाम देखो जी अज जिहड़े संसार दे जदों आपां विचरदे आ टिंकू मिंकू शिंकू इदां दे कुत्ते भी लियाणे कह लो नाम रखे ने पर मेरी सोच से कि नाम वो रखिए जिन्हों का कोई अर्थ भी हो जंग फतेह जंग फतेह का अर्थ हो गया जंग दे विच फतेह करना गुर शान गुरु की शान भी नाम उदा दे आप रखिए बच्चों का जिन्हों का कोई अर्थ भी निकले हाँ जी ता करके इदा दे नाम जिहड़े रखे हुए ने बच्ची एक छोटी कहिंदे तुहाडे कोई प्रॉब्लम कोई दिक्कत हैगी हाँ जी मेरी बेटी है गुरशान कौर 3 साल तो उपर हो गई है वह पैरों तो चल नहीं सकती पहले 1.5 साल वो सही से तो उस तो बाद पैरों के प्रॉब्लम है वो अपने पैरों के उपर तुर नहीं सकती वह इलाज मैं पहला प्राइवेट होस्पिटल करवा रहा हूँ सरकारी करा रहा और फिर भी वो ठीक नहीं हो रही हाँ जी बाबा जी फिर किवें चलता इलाज बहुत महंगे नहीं इलाज है तो महंगा जी चलो अपनी किरत करते तो करवा रहे हैं फिर भी कई बार माया घुंड कढ लैंदी है जी हाँ दिक्कत आउंदी है रहना पैंदा कई बार थक हार के भी इस चीज़ तो भी पैसे बैठी का भी हुण गुरु रामदास महाराज के चरणा च आई है जी इशनान कराउण दी सेवा दे लई भी बेटी नूं क्योंकि सारे डाक्टर जिहड़े हुण फेल आ हुण गुरु रामदास महाराज के चरणा च आए आ भी उत्थों 5 सरोवरां दा इशनान करा के वो बच्ची ठीक हो जाएगी सानू भरोसा गुरु साहब ते भी बच्ची ठीक हो जाएगी बड़ा बड़े वाकई खालसे की कहते चढ़ती कला ही होंगी है भावें दुख जिड्डा मर्जी हो पर चेहरा हमेशा तुहानू तैयार वर तैयार खुश मिले हाँ जी तैयार वर तैयार देखो गुरु साहब ने सानू यही सिखाया भी दुख आवे सुख आवे वह शुकराना करो वाहिगुरु जी का कलगी धर पातशाह जी ने श्री ना चमकौर साहब की गढ़ी दे श्री चमकौर की गढ़ी दे वड्डे साहिबजादे बाबा अजीत सिंह जी बाबा जुझार सिंह जी जदों शहीदी पा गए तो वाहिगुरु जी का शुकराना करते जकारे छड़े भी उन्होंने शुकराना किया वाहिगुरु जी का तो साडा भी फर्ज बनता भी साढ़े तो दुख तकलीफ जिन्निया मर्जी आवे असी गुरु साहब का शुकराना करिए तो गुरु साहब के पाए हुए पूर्णिया से चलन की कोशिश करिए यही कारण है गुरु महाराज दर तो ही लैना जो लैना उतो ही मंगना उन्हें जो भी दिता गुरु साहब ने दिता है अगे भी उन्होंने देना है जी जी भाई साहब बड़ी एक अनोखा शौक है सिंह साहब का तुहाडे ब्रदर ने किवें देखदे हो शौक बहुत वधिया तैयार पर तैयार बाणे विच रहना तो गुरु की बाणी तो बाणी की धारनी बन के संगत विच विचरना तो दास टकसाल का विद्यार्थी है जथेबंदियां भी पढ़िया वा तो तलपंथ से भी रह के विद्यालय में रह के विद्या सीखी आ हजे भी सीख रहे हैं तो फतेहगढ़ साहब की धरती से महाराज सच्चे पातशाह झाड़ू अरदार की सेवा लेंदे आ सो कुल मिला के बहुत तैयार पर तैयार रहा बहुत खुश होंदा रूह देख के दास भी पहला बाणे में रहा हूँ ड्यूटी करके थोड़ा जहा सू विद्यार्थियों वाला पहरा रखना पैंता है
क्योंकि विद्या पढ़ना साडा कर्म आ, जे प्रचार करनगे अगे वध के ते असीं इहनां नूं विद्या पढ़न दे विच विद्या दे सहायक होवांगे, फिर ही गां प्रचार करनगे। सो बहुत वधिया लगदा है, रूह खुश हुंदी है कि चलो साडा भरा अगे वधदा है ते अगे वध के तरक्की करन। ते होर वीरां नूं, गुरमुखां नूं, गुरसिख भरावां नूं कहांगे, असीं कहना चाहांगे कि तुसीं भी तैयार पर तैयार होवो, नशे नूं त्यागो, विशे नूं त्यागो ते गुरू वाले बन के अपना जीवन गुरू दे लेखे लाओ ते हक सच दे वास्ते लड़दे ते मरदे रहना साडा कर्म आ ते धर्म आ, इहो ही बस असीं कहांगे। ते साहिब जी खुराक दी आपां गल कर रहे सीगे ना, बाज किन्ना क मास फिर खा लैंदा दिन दे विच, किवें तुहानूं दसदा वी भुख लगी है, इह कुछ तां करदा होऊगा ये? हाँ जी, जदों इहनूं भुख लगदी है ज़्यादा आवाज़ करके बुलांदा है, उदों फिर इहनूं जिहड़ा इहदी खुराक देनी पैंदी है जी। किन्नी कु खुराक हैगी इहदी? हर रोज़ दी पाई इक खुराक हैगी है जी, तकरीबन सवेरे शाम दा जिहड़ा भोजन है इहदा पाई इक खा लैंदा है मास। हाँ जी हाँ जी। उस तों इलावा की खाते? उस तों इलावा जी बाज दी खुराक सिर्फ मास ही है, मासाहारी पंछी है जिहड़ा बाज है, शेर ते बाज इहनां दी इक्को खुराक है जी, मास सिर्फ। अच्छा जी। रात नूं फिर बंद कर दिंदे हो जां घर नहीं? नहीं बंद नहीं करदे जी, इदा इदा वड्डा कमरा ना साडे घर वी, दरख्त ने उत्थे बिठा दईदा है, जिदा रात दा टाइम उह कमरे च, दिन दे विच फिर दरख्त दे उपर। अच्छा। हाँ जी, तीनों बाज जिहड़े आ फिर उह अपना दरख्त दे उपर नीचे टाणियां दे उपर बैठे रहिंदे ने। इह तुहानूं तां फिर बड़ा बच्चे अपने बच्चियां वांग इहदे नाल लगाव होउगा? बच्चियां वांग ही पालिया जी, मेरियां दो पचंगणां ने। हाँ मेरियां दो ਝੰਗਣਾ ਨੇ ਤੇ ਇਹਨੂੰ ਬੇਟਿਆਂ ਵਾਂਗ ਹੀ ਪਾਲਿਆ ਜਿਹੜਾ। ਹਾਂਜੀ। ਤਾਂ ਅੱਛਾ ਬਾਬਾ ਜੀ, ਇੱਕ ਹੋਰ ਬੜਾ ਸ਼ੌਂਕ ਹੈ ਤੁਹਾਨੂੰ, ਕਵਿਤਾ ਕਹਿੰਦੇ ਲਿਖਦੇ ਵੀ ਹੋ ਤੇ ਸੁਣਾਉਂਦੇ ਵੀ ਹੋ, ਤੇ ਅੱਜ ਚਾਹਵਾਂਗੇ ਥੋੜ੍ਹਾ ਉਹ ਰੰਗ ਵੀ ਅੱਜ ਸੰਗਤ ਨੂੰ ਜ਼ਰੂਰ ਦਿਖਾਇਓ। ਤੁਹਾਨੂੰ ਕਵਿਤਾ ਨਵੀਂ ਸੁਣਾਉਣ ਲੱਗਿਆ ਜੀ, ਕਿਉਂਕਿ ਕਲਗੀਧਰ ਪਾਤਸ਼ਾਹ ਜੀ ਨੇ ਨਾ ਸਾਨੂੰ ਬੜਾ ਸੋਹਣਾ ਸਿੱਖੀ ਸਰੂਪ ਬਖਸ਼ਿਆ, ਅਤੇ ਜਿਹਦੇ ਬਾਅਦ ਤਰਸ ਕਰਦੇ ਨੇ ਉਹਦੇ ਉੱਪਰ ਜਿਹੜਾ ਉਹਨੂੰ ਇਹ ਸਿੱਖੀ ਸਰੂਪ ਮਿਲਦਾ ਏ। ਮੈਂ ਉਹਦੇ ਬਾਬਤ ਹੀ ਤੁਹਾਡੇ ਨਾਲ ਨਾ ਇੱਕ ਵਚਨ ਸਾਂਝਾ ਕਰਨ ਲੱਗਿਆ ਕਵਿਤਾ ਦੇ। ਸੋਹਣੀ ਸੂਰਤ ਬਖਸ਼ੀ ਆ ਦਸ਼ਮੇਸ਼ ਖਾਲਸੇ ਨੂੰ, ਬਖਸ਼ਿਸ਼ ਵਾਜਾਂ ਵਾਲੇ ਦੀ ਹਮੇਸ਼ ਖਾਲਸੇ ਨੂੰ। ਸੋਹਣੀ ਸੂਰਤ ਬਖਸ਼ੀ ਆ ਦਸ਼ਮੇਸ਼ ਖਾਲਸੇ ਨੂੰ, ਬਖਸ਼ਿਸ਼ ਵਾਜਾਂ ਵਾਲੇ ਦੀ ਹਮੇਸ਼ ਖਾਲਸੇ ਨੂੰ, ਬਖਸ਼ਿਸ਼ ਵਾਜਾਂ ਵਾਲੇ ਦੀ ਹਮੇਸ਼ ਖਾਲਸੇ ਨੂੰ। ਖਾਲਸੇ ਤਾਂ ਹੀ ਸਤਿਗੁਰ ਆਪਣਾ ਰੂਪ ਬਣਾਇਆ ਏ, ਪਰਮਾਤਮਾ ਦੀ ਮੌਜ ਵਿੱਚੋਂ ਇਹ ਪ੍ਰਗਟਾਇਆ ਏ। ਖਾਲਸੇ ਤਾਂ ਹੀ ਸਤਿਗੁਰ ਆਪਣਾ ਰੂਪ ਬਣਾਇਆ ਏ, ਪਰਮਾਤਮਾ ਦੀ ਮੌਜ ਵਿੱਚੋਂ ਇਹ ਪ੍ਰਗਟਾਇਆ ਏ। ਆਪਣੀ ਮੋਹਰ ਬਣਾ ਕੇ ਬਖਸ਼ੇ ਕੇਸ ਖਾਲਸੇ ਨੂੰ, ਸੋਹਣੀ ਸੂਰਤ ਬਖਸ਼ੀ ਹੈ ਦਸ਼ਮੇਸ਼ ਖਾਲਸੇ ਨੂੰ, ਬਖਸ਼ਿਸ਼ ਵਾਜਾਂ ਵਾਲੇ ਦੀ, ਬਖਸ਼ਿਸ਼ ਵਾਜਾਂ ਵਾਲੇ ਦੀ ਹਮੇਸ਼ ਖਾਲਸੇ ਨੂੰ। ਖਾਲਸੇ ਵਿੱਚ ਨਿਵਾਸ ਮੇਰਾ ਸਤਿਗੁਰ ਫਰਮਾਇਆ ਏ, ਸਿੱਖ ਨਾਲੋਂ ਮੈਨੂੰ ਰਹਿਤ ਪਿਆਰੀ ਵੀ ਸਮਝਾਇਆ ਏ। ਖਾਲਸੇ ਵਿੱਚ ਨਿਵਾਸ ਮੇਰਾ ਸਤਿਗੁਰ ਫਰਮਾਇਆ ਏ, ਸਿੱਖ ਨਾਲੋਂ ਰਹਿਤ ਪਿਆਰੀ ਵੀ ਸਮਝਾਇਆ ਏ। ਇਸ ਲਈ ਗੁਣ ਬਖਸ਼ੇ ਨੇ ਵਿਸ਼ੇਸ਼ ਖਾਲਸੇ ਨੂੰ, ਸੋਹਣੀ ਸੂਰਤ ਬਖਸ਼ੀ ਹੈ ਦਸ਼ਮੇਸ਼ ਖਾਲਸੇ ਨੂੰ, ਬਖਸ਼ਿਸ਼ ਵਾਜਾਂ ਵਾਲੇ ਦੀ, ਬਖਸ਼ਿਸ਼ ਵਾਜਾਂ ਵਾਲੇ ਦੀ ਹਮੇਸ਼ ਖਾਲਸੇ ਨੂੰ। ਸਤਿਗੁਰ ਸੱਜਣ ਸੂਰਾ ਖਾਲਸੇ ਤਾਂ ਹੀ ਬਣਾਇਆ ਏ, ਮੇਰੀ ਜਾਨ ਕੀ ਜਾਨ ਇਸ ਨੂੰ ਵਡਿਆਇਆ ਏ। ਸਤਿਗੁਰ ਸੱਜਣ ਸੂਰਾ ਖਾਲਸੇ ਤਾਂ ਹੀ ਬਣਾਇਆ ਏ, ਮੇਰੀ ਜਾਨ ਕੀ ਜਾਨ ਇਸ ਨੂੰ ਵਡਿਆਇਆ ਏ। ਪ੍ਰਾਣ ਆਖ ਦਿੱਤਾ ਦੇ ਵਿੱਚ ਪ੍ਰਵੇਸ਼ ਖਾਲਸੇ ਨੂੰ, ਸੋਹਣੀ ਸੂਰਤ ਬਖਸ਼ੀ ਹੈ ਦਸ਼ਮੇਸ਼ ਖਾਲਸੇ ਨੂੰ, ਬਖਸ਼ਿਸ਼ ਵਾਜਾਂ ਵਾਲੇ ਦੀ, ਬਖਸ਼ਿਸ਼ ਵਾਜਾਂ ਵਾਲੇ ਦੀ ਹਮੇਸ਼ ਖਾਲਸੇ ਨੂੰ। ਜਦ ਤੱਕ ਖਾਲਸਾ ਆਪਣੀ
रहनी विच न्यारा रहू शरण उदो तक गुरां दा इस ते तेज भी सारा रहू जद तक खालसा अपनी रहनी विच न्यारा रहू शरण उदो तक गुरां दा इस ते तेज भी सारा रहू सदा ही मनने पैने ने सदा ही मनने पैने ने सख्त आदेश खालसे नू सोहनी सूरत बख्शी है दशमेश खालसे नू बख्शिश बाजा वाले दी हमेशा खालसे नू। क्या बात है खालसा जी, बहुत वधिया और आनंदमई एक कविता सी और बड़ा कुछ इस कविता दे विच कहने की कोशिश की है। असल दे विच जो हैगा खालसा उन्हू विस्थारिया गया तो बड़ा चंगा लगा गलबात करके तो नाल और परमात्मा के चरणा चाहिए अरदास हमेशा चढ़ती कला तुहानू परिवार को बनी रहे। और मैं चाहूँगा एक बार नंबर जरूर साझा कर दौ क्योंकि बहुत सारे माहर डॉक्टर भी शायद इस वीडियो के कोई देख रहा हो कोई अजिही संस्था जिथे इलाज करवाया जाता है तो कोई चंगा राह दस सकता कोई चंगा इंसान तो वह संपर्क कर सकता है तो मैं भी अपील अपने वालों भी करूँगा एक अपील तुम भी कर। हाँ जी गुरु रू प्यारे साध संगत जीओ, मेरा नाम शस्त्रधारी कवि रजिंदर सिंह श्री फतेहगढ़ साहब तो, मेरा मोबाइल नंबर 84-378-96-298 किसी भी प्यारे ने बेटी गुरशान कौर के इलाज वास्ते खुश हो के अपने दसवंध राही जे सेवा करनी चाहते कर सकते आ। तो दूसरा संगत जी, मैं सर्व लोग के बर्तन के शस्त्रण की किरत करदा, वह शस्त्र मेरे तो खरीद के भी मेरे जिहड़ी किरत विच वाधा कर सकते हैं। किसी ने भी सर्व लोग के बर्तन या शस्त्र खरीदने हो संपर्क करन मेरे नाल। खालसा जी एक बार फिर वाहेगुरू जी का खालसा वाहेगुरू जी की फतेह। गलबात करने लई बहुत बहुत धन्यवाद। तो ये सिंह साहब होर दे नाल तुहाडी मुलाकात करवाई है, दो मेरे मकसद कह सकदा, एक तुहानूं इन्हां सोहणे पक्षियों के जिन्होंने बाज जड़े रखे ने का उन्होंने जरूर तुहाडे नाल रूबरू करवाया किवें रहिंदे ने किवें इन्हां दे कोल आए किवें इन्हां दी सांभ संभाल हुंदी आ और शस्त्र किवें। और दूसरी बेनती है कि सिंह साहब देखो अज आपां देखदे आ बंदा किरत तो डरदा है पर सिंह साहब कहिंदे हालात जिद्दां दे मर्जी हो मैं लऊंगा तो किरत करके ही अपनी झोली दे विच कुछ ना कुछ पाऊँगा। तो शस्त्रां की किरत करते हैं और सरबलो के बर्तना की किरत करते हैं। तो साड़ी भी अपील है, नंबर भी सिंह साहब ने तुहाडे नाल साझा किया, इस समय बड़ी एक मुसीबत दे विच ने हमेशा, वैसे खालसा चढ़दी कला च रहिंदा पर इंसानी तौर दे उत्ते जदों आपां समाजिक तौर दे उत्ते देखदे आ तां बहुत सारियां कई बार परेशानियां भी हुंदियां ने। तां खालसा जी दी एक छोटी धी है, बहुत थोड़ी उम्र है और वो एक एक पीड़ित है एक किसी प्रॉब्लम के नाल, दोनों पैरों की जी चल नहीं सकती, वो वास्ते जेकर कोई माहर डॉक्टर देख रहा है तो जरूर मदद के हाथ अगे वधाओ, जेकर इलाज कोई कर सकता तो जरूर दस्यो। खालसा जी अपनी धी का इलाज करवाना चाहते हैं, उन्होंने अपने पैरों पर खड़ा करना चाहते हैं। और दूसरी गल है किसी तो मंगिया कुछ नहीं है, सिर्फ इन्नी बेनती की है भी तुम मेरी मदद मेरे को सरबलो के बर्तन खरीद के कर सकते हो, मेरे को शस्त्र खरीद के मेरी मदद कर सकते हो। तो सीधा एक तरीका है, मदद करने के बहुत सारे तरीके होंगे ने, आने बहाने जेकर किसी ने मदद करनी है तो इन्हों को कुछ खरीदो ता जो इन्हों को इन्नी माया जां इन्ने समर्थ हो जाए कि अपनी धी का इलाज करवा सकन। जेकर तुहाडे विचों कोई माहर डॉक्टर इस वीडियो देख रहा तो साडी भी अपील है कि इलाज के लिए जरूर अपना हाथ अगे वधाओ ता कि उस भैन नूं एक चंगा जीवन मिल सके। फिलहाल कैमरामैन रईस के नाल सुखविंदर सिंह, हमदर्द टीवी, श्री हरगोबिंदपुर।